ਸਤਿ ਸ਼੍ਰੀ ਅਕਾਲ ਜੀ, ਮਾਈ ਚੈਨਲ ਨੇਮ ਇਜ਼ ਗੁਰਜੀਤ ਸਿੰਘ ਅਤੇ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਚੁਪਾਲ 'ਤੇ ਰਿਲੀਜ਼ ਹੋਣ ਵਾਲੀ ਨਵੀਂ ਫਿਲਮ ਦੀ, ਛੋਟਾ ਸਰਦਾਰ ਜ਼ੋਰਾਵਰ ਸਿੰਘ। ਇੱਕ ਸੋਹਣੀ ਸਟੋਰੀ ਬਣਾਈ ਗਈ ਹੈ, ਭਾਵੇਂ ਕਿ ਇਹਦੇ 'ਚ ਐਕਟਰ ਜ਼ਿਆਦਾ ਨਹੀਂ ਲਏ ਗਏ ਕਿਉਂਕਿ ਜ਼ਿਆਦਾ ਵਚਨ ਨਹੀਂ ਰੱਖਿਆ ਗਿਆ। ਉਹਨਾਂ ਨੂੰ ਵੀ ਪਤਾ ਇਹੋ ਜਿਹੀਆਂ ਫਿਲਮਾਂ ਲੋਕਾਂ ਦੁਆਰਾ ਜ਼ਿਆਦਾ ਪਸੰਦ ਨਹੀਂ ਕੀਤੀਆਂ ਜਾਂਦੀਆਂ, ਪਰ ਟੌਪਿਕ ਬਹੁਤ ਹੀ ਸੋਹਣਾ ਹੈ ਕਿ ਪੰਜਾਬ ਦੇ ਜਿੰਨੇ ਵੀ ਲੋਕ ਉੱਧਰ ਜਾ ਕੇ ਵੱਸ ਗਏ ਨੇ ਅਤੇ ਉਹਨਾਂ ਦੇ ਬੱਚੇ ਜਿਹੜੇ ਕਿ ਉੱਧਰ ਦੇ ਬੋਰਨ ਨੇ ਜਾਂ ਜਿਨ੍ਹਾਂ ਨੂੰ ਇੱਧਰ ਦੇ ਕਲਚਰ ਦਾ ਬਿਲਕੁਲ ਵੀ ਨਹੀਂ ਪਤਾ, ਉਹ ਤਾਂ ਹਿਸਟਰੀ ਤੋਂ ਵੀ ਜਾਣੂ ਨਹੀਂ। ਅਤੇ ਸ਼ਾਇਦ ਇਹੀ ਸਰਕਾਰਾਂ ਚਾਹੁੰਦੀਆਂ ਨੇ ਵੀ ਇੱਦਾਂ ਪਾਸੇ ਹੋ ਜਾਣੇ ਪੰਜਾਬ ਤੋਂ ਅਤੇ ਪੰਜਾਬ ਦੀ ਹਿਸਟਰੀ ਤੋਂ, ਅਤੇ ਪੰਜਾਬ ਅਸੀਂ ਦੱਬ ਲਈਏ। ਇਸ ਚੀਜ਼ ਨੂੰ ਜਾਗਰੂਕ ਕਰਨ ਲਈ, ਭਾਵੇਂ ਕਿ ਪੋਲੀਟੀਕਲ ਵਿਊ ਇਸ ਫਿਲਮ ਦੇ ਵਿੱਚ ਨਹੀਂ ਦਿੱਤਾ ਗਿਆ, ਪਰ ਬਹੁਤ ਹੀ ਵਧੀਆ ਵਿਊ ਦਿੱਤੇ ਗਏ ਨੇ ਇਸ ਫਿਲਮ ਨੂੰ। ਸੋ ਇਹੋ ਜਿਹੀਆਂ ਫਿਲਮਾਂ ਸਾਨੂੰ ਵੇਖਣੀਆਂ ਚਾਹੀਦੀਆਂ, ਕਿਉਂਕਿ ਇਹੋ ਜਿਹੀਆਂ ਫਿਲਮਾਂ ਜੇ ਅਸੀਂ ਵੇਖਾਂਗੇ ਤਾਂ ਹੀ ਇਹਨਾਂ ਨੂੰ ਬੜਾਵਾ ਮਿਲੇਗਾ ਅਤੇ ਤਾਂ ਹੀ ਇਹੋ ਜਿਹੀਆਂ ਫਿਲਮਾਂ ਆਉਣਗੀਆਂ ਕਿਸੇ ਟੌਪਿਕ ਤੋਂ ਹਟ ਕੇ, ਕਿਉਂਕਿ ਪੰਜਾਬੀ ਫਿਲਮਾਂ ਸਿਰਫ ਕੋਮੇਡੀ 'ਤੇ ਆ ਰਹੀਆਂ ਨੇ। ਇਹੋ ਜਿਹੀਆਂ ਫਿਲਮਾਂ ਕੋਈ ਨਹੀਂ ਕਰ ਰਿਹਾ ਅਤੇ ਨਾ ਹੀ ਸ਼ਾਇਦ ਕੋਈ ਕਰਨਾ ਚਾਹੁੰਦਾ। ਸੋ ਇਹੋ ਜਿਹੀਆਂ ਫਿਲਮਾਂ ਨੂੰ ਵਧਾਵਾ ਦੇਣਾ ਚਾਹੀਦਾ। ਇਸ ਫਿਲਮ ਦੇ ਵਿੱਚ ਕਈ ਨਵੇਂ ਐਕਟਰਾਂ ਦੇ ਨਾਲ ਨਾਲ ਗੁਰਚੇ ਚਿੱਤਰਕਾਰ ਵੀ ਇਸ ਫਿਲਮ ਦੇ ਵਿੱਚ ਆਪਣੀ ਸ਼ਿਰਕਤ ਦੇ ਰਹੇ ਨੇ, ਆਪਣਾ ਅਹਿਮ ਰੋਲ ਕਿਰਦਾਰ ਕਰ ਰਹੇ ਨੇ। ਕੋਮੇਡੀ ਭਰੀਆਂ ਫਿਲਮਾਂ ਉਹਨਾਂ ਨੇ ਤੁਸੀਂ ਵੇਖਿਆ ਹੀ ਹੋਣੀਆਂ, ਜਿੱਦਾਂ ਕਿ 420 ਫੈਮਿਲੀ ਵਾਲੀਆਂ, ਉਹਨਾਂ ਦੀਆਂ ਕਾਫੀ ਫਿਲਮਾਂ ਮਸ਼ਹੂਰ ਹੋਈਆਂ ਸੀ ਉਹਨਾਂ ਟਾਈਮਾਂ ਦੇ ਵਿੱਚ। ਅੱਜ ਕੱਲ੍ਹ ਭਾਵੇਂ ਉਹ ਦੌਰ ਨਹੀਂ ਰਿਹਾ, ਉਹੋ ਜਿਹੀਆਂ ਚੀਜ਼ਾਂ ਜ਼ਿਆਦਾ ਨਹੀਂ ਚੱਲਦੀਆਂ, ਪਰ ਫਿਰ ਵੀ ਉਹਨਾਂ ਦਾ ਨਾਮ ਤਾਂ ਹੈ, ਇਸ ਕਰਕੇ ਉਹਨਾਂ ਨੂੰ ਕੋਮੇਡੀ ਐਜ਼ ਏ ਕੋਮੇਡੀਅਨ ਫਿਲਮਾਂ ਦੇ ਵਿੱਚ ਰੋਲ ਜ਼ਰੂਰ ਮਿਲਦਾ ਹੈ। ਸੋ ਇਸ ਫਿਲਮ ਦੇ ਵਿੱਚ ਉਹ ਵੀ ਸ਼ਿਰਕਤ ਕਰ ਰਹੇ ਨੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਫਿਲਮ ਦੀ ਸਟੋਰੀ ਲਾਈਨ ਦੀ। ਫਿਲਮ ਦੀ ਸਟੋਰੀ ਲਾਈਨ ਕਿੱਦਾਂ ਦੀ ਹੈ ਕਿ ਜ਼ੋਰਾਵਰ ਸਿੰਘ ਦੇ ਮਾਂ ਪਿਓ ਬਾਹਰ ਰਹਿੰਦੇ ਹੁੰਦੇ ਨੇ, ਮਤਲਬ ਕਿ ਬਾਹਰਲੇ ਦੇਸ਼ ਵਿੱਚ ਸੈਟਲ ਹੁੰਦੇ ਨੇ, ਪਰ ਉਹਨਾਂ ਨੂੰ ਕੁਛ ਵੀ ਨਹੀਂ, ਮਤਲਬ ਉਸ ਨੂੰ ਕੁਛ ਵੀ ਨਹੀਂ ਪਤਾ ਹੁੰਦਾ ਪੰਜਾਬ ਦੀ ਹਿਸਟਰੀ ਦਾ, ਪੰਜਾਬ ਬਾਰੇ ਵੀ ਪੰਜਾਬ ਕਿੱਦਾਂ ਦਾ ਅਤੇ ਪੰਜਾਬ ਵਿੱਚ ਕੀ ਹੈ ਅਤੇ ਸਾਡੀ ਪਿਛੋਕੜ ਸਾਡਾ ਕੀ ਹੈ। ਉਸਦੇ ਮਾਂ ਪਿਓ ਸਾਰਾ ਦਿਨ ਕੰਮ ਕਾਰ 'ਚ ਹੁੰਦੇ ਨੇ ਅਤੇ ਉਸ 'ਤੇ ਧਿਆਨ ਵੀ ਨਹੀਂ ਦੇ ਪਾਉਂਦੇ, ਕਿਉਂਕਿ ਬਾਹਰਲੇ ਦੇਸ਼ਾਂ 'ਚ ਲਾਈਫ ਇੱਦਾਂ ਹੀ ਆ ਵੀ ਸਵੇਰੇ ਕੰਮ ਕਰੋ, ਸ਼ਾਮ ਨੂੰ ਸੌਂ ਜਾਓ, ਆ ਕੇ ਸਵੇਰੇ ਸਾਰਾ ਦਿਨ ਕੰਮ ਕਰੋ। ਸੋ ਉਹਨਾਂ ਦਾ ਧਿਆਨ ਬਿਲਕੁਲ ਨਹੀਂ ਹੁੰਦਾ ਆਪਣੇ ਬੱਚਿਆਂ 'ਤੇ, ਅਤੇ ਜਾਂ ਤਾਂ ਬੱਚਾ ਮਾਂ ਪਿਓ ਤੋਂ ਸਿੱਖਦਾ ਅਤੇ ਜਾਂ ਫਿਰ ਆਸਾ ਪਾਸਾ ਵੇਖ ਕੇ, ਉੱਥੇ ਆਸਾ ਪਾਸੇ ਦਾ ਮਾਹੌਲ ਹੀ ਇੱਦਾਂ ਦਾ ਕਿ ਆਪਣੀ ਹਿਸਟਰੀ ਦੇ ਨਾਲ ਜਾਂ ਆਪਣੇ ਪੰਜਾਬ ਦੇ ਕਲਚਰ ਦੇ ਨਾਲ ਕੁਛ ਵੀ ਨਹੀਂ ਮੇਲ ਖਾਂਦਾ। ਸੋ ਫਿਰ ਉਸਦੇ ਮਾਂ ਪਿਓ ਨੂੰ ਚਿੰਤਾ ਹੋਣ ਲੱਗਦੀ ਹੈ ਕਿ ਇਸ ਨੂੰ ਕੁਛ ਵੀ ਨਹੀਂ ਪਤਾ ਅਤੇ ਕੱਲ੍ਹ ਨੂੰ ਵੱਡਾ ਹੋ ਗਿਆ ਅਤੇ ਸਭ ਕੁਛ ਨਹੀਂ ਆਉਣਾ। ਫਿਰ ਉਹ ਇੱਦਾਂ ਸੋਚ ਕੇ ਵਾਪਸ ਆਉਂਦੇ ਆ ਪੰਜਾਬ 'ਚ ਕਿ ਇਸ ਨੂੰ ਪੰਜਾਬ ਵਿਖਾ ਕੇ ਲਈਏ ਅਤੇ ਇਸ ਨੂੰ ਪੰਜਾਬ ਦੀ ਹਿਸਟਰੀ ਬਾਰੇ ਜਾਣੂ ਕਰਵਾਈਏ। ਵੈਸੇ ਇਹਦਾ ਇੰਟਰਸਟ ਕੋਈ ਨਹੀਂ ਹੋਣਾ, ਕਿਉਂਕਿ ਉਸਨੂੰ ਕਈ ਵਾਰੀ ਦੱਸਣ ਦੀ ਕੋਸ਼ਿਸ਼ ਵੀ ਕਰਦੇ ਆ ਪਰ ਉਹ ਇੰਟਰਸਟਡ ਨਹੀਂ ਹੁੰਦਾ ਇਹਨਾਂ ਚੀਜ਼ਾਂ 'ਚ। ਘੁੰਮ ਫਿਰ ਕੇ ਖੁਸ਼ ਹੁੰਦਾ, ਇਸ ਕਰਕੇ ਉਹਨੂੰ ਪੰਜਾਬ ਲੈ ਆਉਂਦੇ ਆ ਅਤੇ ਪੰਜਾਬ ਦੀਆਂ ਬਾਕੀ ਸਾਰੀਆਂ ਚੀਜ਼ਾਂ ਦਿਖਾਉਂਦੇ ਆ। ਸੋ ਜੇ ਤੁਹਾਨੂੰ ਰਿਵਿਊ ਵਧੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਚੰਗਾ ਜੀ, ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ।